लड़िता तो जख्मी तुम रेज पे हो वसे टीवी जिम्मे तो आपको पता है इलेक्शन की गहमा गहमी है मेरे कुछ बुज़ुर्ग हैं इन्हें गाल करें कि पीपल पार्टी का अपना दफ्तर बना के बैठे और बटा भी लाई बैठे और पूछना है कि पीपल पार्टी ने तुस कि ज्वाइन किया और पीपल पार्टी की क्या ऐसी खास वजह है कि तुसा इतनी ठंड के बेच्च और अपनी मीटिंग तब मतलब जारी रखी बैठे हो पीपल पार्टी की एक सौ अठताली बारे पुछते हैं सारे कोई बुजुर्ग मौजूद हैं असलामेकुम ਵਾਲੇਕੁਮ ਸਲਾਮ ਬਜ਼ੁਰਗੋ ਆਪਣਾ ਨਾਮ ਦੱਸੇ ਸੋ ਸਾਡਾ ਨਾਮ ਜੇ ਮੁਹੰਮਦ ਇਸਾਕ ਗੁਜਰ ਖੇੜਾਬ ਖੇੜਾਬ ਗੁਜਰ ਸਾਹਿਬ ਇਹ ਦੱਸੇ ਸੋ ਕੀ ਸੋਚ ਕੇ ਤੁਸੀਂ ਪੀਪਲ ਪਾਰਟੀ ਜੁਆਇਨ ਕੀਤੀ ਸਰ ਪੀਰ ਅੱਛੇ ਆਦਮੀ ਨੇ ਪਹਿਲੇ ਵੀ ਆਏ ਨੇ ਤੇ ਇਹਨਾਂ ਬੜੇ ਕੰਮ ਕੀਤੇ ਨੇ ਮੁਲਤਾਨ ਵਿੱਚ ਇਨਸ਼ਾਅੱਲਾ ਹੁਣ ਵੀ ਆਣਗੇ ਮੁਲਤਾਨ ਦੇ ਕੰਮ ਇਹ ਕਰਨਗੇ ਹੋਰ ਕੋਈ ਨਹੀਂ ਕਰ ਰਿਹਾ ਕੋਈ ਪੀਪਲ ਆਦਮੀ ਕੰਮ ਇਹਨਾਂ ਕੋਲ ਜਾਈਏ ਨਾ ਖਾਲੀ ਕੋਈ ਆਦਮੀ ਨਾ ਅਗਰ ਗਰੀਬ ਵੀ ਚਲਾ ਗਿਆ ਨਾ ਹਰ ਆਦਮੀ ਨੂੰ ਡਾਇਰੈਕਟ ਮਿਲਦੇ ਆ ਦੂਸਰੇ ਲੋਕ ਸਿਆਸੀ ਹੁੰਦੇ ਵੱਡੇ ਲੋਕਾਂ ਨੂੰ ਜਾ ਕੇ ਕਹਿਣਾ ਪੈਂਦਾ ਇਹਨਾਂ ਕੋਲ ਗਰੀਬ ਅਮੀਰ ਜਿਹੜਾ ਕੱਲਾ ਚਲਾ ਗਿਆ ਨਾ ਉਹਦਾ ਕੰਮ ਹੋ ਗਿਆ ਅੱਛਾ ਬਜ਼ੁਰਗ ਤੁਸੀਂ ਦੱਸੋ ਤੁਸੀਂ ਕੀ ਸੋਚ ਕੇ ਪੀਪਲ ਪਾਰਟੀ ਜੁਆਇਨ ਕੀਤੀ ਕਿ ਸਾਨੂੰ ਇਸ ਗਰੁੱਪ ਦੇ ਨਾਲ ਤਕਰੀਬਨ 12-15 ਸਾਲ ਹੋਤੇ ਪੈਣਾ ਬੰਦੇ ਰਲੇ ਹੋਏ ਬਹੁਤ ਮੁਖਰਿਸ ਬੰਦੇ ਨੇ ਅੱਛੇ ਆਦਮੀ ਐ ਸ਼ੈਦ ਯੂਸਫ ਰਜ਼ਾ ਗਿਲਾਨੀ ਬਜ਼ਾਤੇ ਖੁਦ ਜਿਹੜੇ ਨੇ ਇਕਤਦਾਰ ਆਵਣੇ ਨੌਕਰੀਆਂ ਵੀ ਦੇਂਦਿਨ ਬੰਦੇ ਦੀ ਸੁਣਦੇ ਵੀ ਹਨ ਔਰ ਤਰੱਕੀਆਂ ਦੀ ਕੰਮੀ ਕਰਵਾਉਂਦੇ ਨੇ ਇਨ੍ਹਾਂ ਤੋਂ ਇਲਾਵਾ ਸਾਕੋਬੀਆ ਬੰਦਾ ਕੋਈ ਨਹੀਂ ਅੱਛਾ ਨਜ਼ਰ ਆਂਦਾ ਬਜਿਹੜਾ 24 ਹੁਣ 24 ਘੰਟੇ ਮਿਲਦੇ ਨੇ ਜਿਸ ਤੇ ਮਕਤਦਾਰ ਹੋਵੇ ਨਾ ਹੋਵੇ ਔਰ ਇਹ ਕੰਮ ਕਰਵਾ ਸਕਦੇ ਨੇ ਪੂਰੇ ਪਾਕਿਸਤਾਨੇ ਕੰਮ ਕਰਵਾ ਸਕਦੇ ਨੇ ਇਕਤਦਾਰ ਹੋਵੇ ਤਾਂ ਤਾਂ ਹੀ ਕਰਾ ਸਕਦੇ ਨਾ ਹੋਵੇ ਤਾਂ ਹੀ ਕਰਾ ਸਕਦੇ ਅੱਛੇ ਪੀਰ ਘਰਾਣਾ ਹੈ ਸਯਦ ਅੱਛੇ ਸ਼ਰੀਫ ਲੋਗੇ ਨੇ ਔਰ ਹਰ ਬੰਦੇ ਦੇ ਕੰਮ ਆਂਦੇ ਨੇ ਮੁਖਾਲਿਫ ਚਲਾਵਣੇ ਮੁਖਾਲਿਫ ਦਾ ਕੰਮੀ ਕਰ ਜਾਂਦੇ ਨੇ ਕੀ ਬਾਤ ਹੈ ਅੱਛਾ ਖੈਰਾਬਾਦ ਦੀ ਕੀ ਪੋਜੀਸ਼ਨ ਹੈ ਇਨਸ਼ਾਅੱਲਾ ਵਨ ਵੇ ਹੋ ਸੀ ਜ਼ਿੰਦਾਬਾਦ ਯੂਸਰਜ਼ਾ ਗਿਲਾਨੀ ਜ਼ਿੰਦਾਬਾਦ ਅਲੀ ਹਦਰ ਜ਼ਿੰਦਾਬਾਦ ਕੁਝ ਸਾਡੇ ਨਾਲ ਕੁਝ ਹੋਰ ਬਜ਼ੁਰਗ ਮੌਜੂਦ ਹਨ ਇਹਨਾਂ ਨਾਲ ਗੱਲ ਕਰਨੇ ਸਰ ਤੁਸੀਂ ਪੀਪਲ ਪਾਰਟੀ ਕੀ ਸੋਚ ਕੇ ਜੁਆਇਨ ਕੀਤੀ ਅਸੀਂ ਦਾ ਵੱਡਿਆਂ ਤੋਂ ਲਾ ਕੇ ਹੁਣ ਤੱਕ ਜਿਹੜਾ ਹੈ ਗਲਾਨੀਆਂ ਗਲਾਨੀਆਂ ਨਾਲ ਹੀ ਆ ਅੱਜ ਤੋਂ ਨਹੀਂ 20 ਸਾਲਾਂ ਤੋਂ ਗਲਾਨੀਆਂ ਨਾਲ ਹੀ ਆ 20 ਸਾਲ ਤੋਂ ਹਾਂ ਐਸੀ ਕੀ ਖਾਸ ਵਜ੍ਹਾ بس ਇੱਕ ਮੁਹੱਬਤ ਹੈ ਗਲਾਨੀਆਂ ਨਾਲ ਹਾਂ ਮੁਹੱਬਤ ਦੇ ਵਿੱਚ ਸਾਰਾ ਕੰਮ ਚੱਲਦਾ ਪਿਆ ਮੁਹੱਬਤ ਹੀ ਸਾਰਾ ਕੰਮ ਚੱਲਦਾ ਪਿਆ ਕੰਮ ਕੁਮਾਂ ਤੇ ਨਹੀਂ ਰੱਖੀ ਹੋਈ ਅੱਛਾ ਦੱਸੇ ਸੋ ਕੀ ਪੋਜੀਸ਼ਨ ਹੈ ਇਸ ਦਫਾ ਗਲਾਨੀ ਸਾਹਿਬ ਦੀ ਗਲਾਨੀ ਸਾਹਿਬ ਵਨਵੇ ਕਰਨਗੇ ਦੋਵੇਂ ਬਾਪ ਵੀ ਬੇਟਾ ਵੀ ਅੱਛਾ ਕੋਈ ਸਾਡੇ ਨਾਲ ਨੌਜਵਾਨ ਦੋਸਤ ਮੌਜੂਦ ਹਨ ਇਹਨਾਂ ਕੋ ਪੁੱਛਦੇ ਆਂ ਤੁਸੀਂ ਦੱਸਿਓ ਸੋ ਹਜ਼ਾਰ ਪੀਪਲ ਪਾਰਟੀ ਦੇ ਬਾਰੇ ਜੀ ਅਲਹਮਦੁਲਿਲਾ ਪੀਪਲ ਪਾਰਟੀ ਦੀ ਪੋਜੀਸ਼ਨ ਇਧਰ ਬਿਹਤਰ ਜਾ ਰਹੀ ਹੈ बाकी खूस सैद यूसफ रजा गिलानी का अहमद हुसैन डेढ़ और तैमूर मलक से मुकाबला करने का मुजन ही नहीं बनता तो यूसफ रजा गिलानी एक मुल्तान में उन्होंने तारीख रकम की है तरक़्िया काम किए हैं इंटरनेशनल एयरपोर्ट है हेड मोहम्मद वाला पुल है और इस तरह दीगर तरक्याती काम उन्होंने जिस जहाँ तक उनसे हो सका उन्होंने उसमें कोई कसर नहीं बाकी रखी तो इस वजह से वो मुल्तान में मकबूल तीन शख्सियत है इन शिलानी ख़ानदान ਮੁਲਤਾਨ ਮੇ ਕਲੀਨ ਸਵਾਈਪ ਕਰੇਗਾ ਮੇਰਾ ਨਾਮ ਜੀ غلام ਆਬਾਦ ਭੱਟੀ ਫੈਮਿਲੀ ਨਾਲ ਤਲਕ ਹੈ ਮੇਰਾ ਮੋਜ਼ਾ ਖੇੜਾ ਬਾਦ ਤੇ ਯੂਸਰ ਰਜ਼ਾਕ ਗਿਲਾਨੀ ਸਾਹਿਬ ਜੀ ਅਸੀਂ ਸਪੋਰਟ ਕਰ ਰਹੇ ਹਾਂ ਅਲੀ ਹਾਦਰ ਗਿਲਾਨੀ ਸਾਹਿਬ ਬਹੁਤ ਹੀ ਇੰਤਹਾਈ ਅੱਛੇ ਇਨਸਾਨ ਨੇ ਇਹ ਹਰ ਦੌਰ ਦੇ ਵਿੱਚ ਇਹ ਹਕੂਮਤ ਦੇ ਵਿੱਚ ਹੋਵੇ ਨੇ ਜਾਂ ਨਾ ਹੋਵੇ ਨਰਕਿਆਤੀ ਕੰਮ ਵੀ ਕਰਵਾਉਂਦੇ ਨੇ ਬੰਦੇ ਨੂੰ ਨੌਕਰੀਆਂ ਵੀ ਦਿੰਦੇ ਨੇ ਔਰ ਹਰ ਗਰੀਬ ਮੇਨ ਗੱਲ ਇਹਨਾਂ ਦੇ ਤੇ ਕੋਈ ਗਰੀਬ ਗਿਆ ਨਾ ਇੱਕ ਰੇੜੀਆ ਲੈ ਗਿਆ ਉਹਨ ਵੀ ਉੱਠ ਕੇ ਮਿਲਦੇ ਨੇ ਉਹਦੀ ਗੱਲ ਸੁਣਦੇ ਨੇ ਉਹਦਾ ਕੰਮ ਕਰਿਆ ਨੇ ਇਸ ਵਾਸਤੇ ਅਸੀਂ ਤਕਰੀਬਨ 4-5 ਇਲੈਕਸ਼ਨ ਤੋਂ ਇਹਨਾਂ ਦੇ ਨਾਲ ਆ ਇਹਨਾਂ ਦੀ ਸਪੋਰਟ ਕਰ ਰਹੇ ਆ ਵੋਟ ਵੀ ਦੇਾਂਗੇ ਸਪੋਰਟ ਵੀ ਕਰਾਂਗੇ ਇਨਸ਼ਾਅੱਲਾ ਇਹਨਾਂ ਦੇ ਨਾਲ ਹੈੜਾਬਾਦ ਦੇ ਵਿੱਚ ਕੀ ਪੋਜੀਸ਼ਨ ਹੈ ਹੈੜਾਬਾਦ ਦੇ ਵਿੱਚ ਇਨਸ਼ਾਅੱਲਾ ਵਨ ਪੋਲ ਹੋਏਗਾ ਬਹੁਤ ਸ਼ੁਕਰੀਆ